ਮਰ ਜੂ ਕਿਤੇ ਮੈਂ ਇਹਨੂੰ ਕਿਤੇ ਮੈਂ ਬੁਲਾ ਕੇ ਨਹੀਂ ਕਿਤੇ ਰਾਜੀ ਇਹਨੂੰ ਮੈਂ ਜੀਣਾ ਮਰਨਾ ਛੱਡਤਾ ਮੈਂ ਤਾਂ ਆਹੋ ਨਹੀਂ ਭੈਣ ਜੀ ਵੇਖ ਲੈ ਮੇਰਾ ਜਨਮ ਦਿਨ ਹੈ ਨਾ ਕਿਤੇ ਇਹਨੇ ਨਾ ਵਟਸਐਪ 'ਤੇ ਸਟੋਰੀ ਪਾਈ ਨਾ ਕਿਤੇ ਇਹਨੇ ਮੇਰੀ ਫੋਟੋ ਲਾਈ ਨਾ ਕਿਤੇ ਇਹਨੇ ਮੈਨੂੰ ਇਹ ਲਿਖਿਆ ਵੀ ਭੈਣ ਜੀ ਦਾ ਅੱਜ ਜਨਮ ਦਿਨ ਆ ਵੀ ਜਨਮ ਦਿਨ ਦੀ ਮੁਬਾਰਕ ਕਿਤੇ ਉਲਖਾਂ ਮੁਲਖਾਂ 'ਚੋਂ ਲੋਕਾਂ ਨੇ ਭੈਣ ਜੀ ਜਿੰਨੇ ਜਿੰਨੇ ਵੀ ਮੈਨੂੰ ਜਾਣਦੇ ਮੇਰੇ ਰਿਸ਼ਤੇਦਾਰ ਭੈਣ ਭਰਾ ਹੈ ਨਾ ਭੈਣਾਂ ਮੇਰੀਆਂ ਸਾਰਿਆਂ ਨੇ ਮੇਰੇ ਸਾਰਿਆਂ ਨੇ ਕਿਤੇ ਭੈਣ ਜੀ ਵਟਸਐਪ 'ਤੇ ਮੇਰੀ ਨਾ ਫੋਟੋ ਲਾ ਲਾ ਕਿਤੇ ਹੈਪੀ ਬਰਥਡੇ ਲਿਖਿਆ ਬੜਾ ਚੰਗਾ ਲੱਗਦਾ ਹੈ ਨਾ ਇੰਨੀ ਕਿਤੇ ਭੈਣ ਜੀ ਮੈਂ ਵੀ ਸਟੋਰੀਆਂ ਪਾਈਆਂ ਇੰਨੀ ਕਿਤੇ ਸਟੋਰੀਆਂ ਵਹਿੰਦੀ ਵੀ ਰਹੀ ਮੇਰੀਆਂ ਪਤਾ ਲੱਗ ਹੀ ਜਾਂਦਾ ਸਟੋਰੀ ਤੋਂ ਪਤਾ ਨਹੀਂ ਲੱਗਿਆ ਜਦੋਂ ਮੈਂ ਸਟੋਰੀ ਪਾਈ ਵੀ ਮੇਰਾ ਬਰਥਡੇ ਆ ਅਤੇ ਇਹਨੇ ਵੇਖ ਲਿਆ ਅਤੇ ਇਹਨੇ ਕਿਤੇ ਆਪ ਤੇ ਨਹੀਂ ਕੀ ਸਟੋਰੀ ਪਾਉਣੀ ਇਹਨੇ ਸਾਡੀ ਸਟੋਰੀ ਦਾ ਵੀ ਅੱਗੋਂ ਕਿਤੇ ਜਵਾਬ ਨਹੀਂ ਦਿੱਤਾ ਵੀ ਭੈਣ ਜੀ ਜਨਮ ਦਿਨ ਦੀ ਮੁਬਾਰਕ ਹੋਵੇ ਜਾਂ ਕਿੱਦਾਂ ਹੈ ਨਾ ਅਤੇ ਉਹ ਛੱਡ ਨੋ ਕਿਤੇ ਫੇਸਬੁੱਕ 'ਤੇ ਮੇਰੀ ਕਿਤੇ ਵਾਲ ਭਰੀ ਪਈ ਫੇਸਬੁੱਕ ਦੀ ਹੈ ਜਿੰਨੇ ਸਾਡੇ ਰਿਸ਼ਤੇਦਾਰ ਸੀ ਹੈ ਨਾ ਜਿੰਨੀਆਂ ਭੈਣਾਂ ਜਿੰਨੀਆਂ ਮੇਰੀਆਂ ਮੰਡਲੀ ਵਾਲੀਆਂ ਜਨਾਨੀਆਂ ਸਾਰੀਆਂ ਨੇ ਕਿਤੇ ਮੈਨੂੰ ਭੈਣ ਜੀ ਉੱਥੇ ਵੀ ਕਿਤੇ ਹੈਪੀ ਬਰਥਡੇ ਕੀਤਾ ਸਾਰਿਆਂ ਨੇ ਹੈ ਨਾ ਅਤੇ ਮੈਸੇਜ ਮੈਨੂੰ ਵੱਖ ਹੋਏ ਇੰਨੇ ਨਾ ਕਿਤੇ ਵਟਸਐਪ 'ਤੇ ਉਦਣ ਮੇਰੀ ਫੋਟੋ ਲਾਈ ਨਾ ਇਹਨੇ ਫੇਸਬੁੱਕ ਦੇ ਉੱਤੇ ਨਾ ਕਿਤੇ ਮੈਨੂੰ ਕੀਤਾ ਅਤੇ ਮੈਂ ਤਾਂ ਉਦਣ ਦਾ ਸੋਚ ਲਿਆ ਮੈਂ ਤਾਂ ਜੀਣਾ ਮਰਨਾ ਛੱਡਤਾ ਏ ਜਦੋਂ ਤੁਸੀਂ ਸਾਡੀਆਂ ਸਟੋਰੀਆਂ ਹੀ ਨਹੀਂ ਲਾ ਸਕਦੇ ਜਦੋਂ ਤੁਸੀਂ ਸਾਡੇ ਨਾਂ ਦਾ ਸਟੇਟਸ ਹੀ ਨਹੀਂ ਪਾ ਸਕਦੇ ਤਾਂ ਤੁਹਾਨੂੰ ਅਸੀਂ ਕੀ ਕਹਿੰਦੇ ਹੁੰਦੇ ਆ ਵੀ ਰਿੰਨ ਕੇ ਖਾਣਾ ਤੁਹਾਨੂੰ ਮਰੋ ਮੇਰੀ ਵੱਲੋਂ ਮੈਂ ਤਾਂ ਨਹੀਂ ਇਹਨਾਂ ਦੇ ਨਾਲ ਬੋਲਦੀ ਆਹੋ ਰਹਿੰਦੀ ਖੁੰਦੀ ਅੱਛਾ ਜਿਹੜੀ ਇਹਨਾਂ ਘਰ ਕੰਮ ਕਰਦੀ ਆ ਉਹ ਸ਼ਹਿਰ ਵੀ ਕਹਿੰਦਾ ਕੰਮ ਕਰਨ ਗਈ ਸੀ ਆਹੋ ਬੜਾ ਭੈਣ ਜੀ ਉਹ ਸਿੱਖ ਸੁੱਖ ਕੇ ਆਈ ਉਹ ਬਾਹਰੋਂ ਪਹਿਲਾਂ ਸਾਡੇ ਘਰ ਕੰਮ ਕਰਦੀ ਸੀ ਅਤੇ ਉਹ ਫਿਰ ਇਹਨਾਂ ਨੇ ਆਪਣੀ ਸ਼ਹਿਰ ਵਾਲੀ ਕੁੜੀ ਦੇ ਕੋਲ ਉਹਨੂੰ ਮਹੀਨਾ ਕੁ ਘੱਲਤਾ ਵੀ ਚੱਲ ਉੱਥੇ ਉਹਨੂੰ ਲੋੜ ਸੀ ਅਤੇ ਭੈਣ ਜੀ ਇੱਦਾਂ ਆਈ ਸਾਡੇ ਘਰ ਅਤੇ ਮੇਰਾ ਨਾ ਕੰਨ ਪੀੜ ਕਰਦਾ ਸੀ ਅਤੇ ਆਈ ਹੈ ਨਾ ਅਤੇ ਮੈਨੂੰ ਆਣ ਕੇ ਕਹਿੰਦੀ ਮੈਂ ਕਿਹਾ ਮੇਰਾ ਨਾ ਕੁੜੇ ਮੇਰਾ ਕੰਨ ਬੜਾ ਪੀੜ ਕਰਦਾ ਅਤੇ ਕਹਿੰਦੀ ਇਹ ਮੈਡੀਕੇਸ਼ਨ ਨਹੀਂ ਲਈ ਮੈਡੀਕੇਸ਼ਨ ਨਹੀਂ ਮੈਂ ਵੇਖਾਂ ਨਹੀਂ ਮੈਂ ਹਾਂ ਆਹ ਕੀ ਕਹੀ ਜਾਂਦੀ ਆ ਅਤੇ ਫਿਰ ਮੇਰੇ ਮੁੰਡੇ ਨੇ ਮੈਨੂੰ ਰਸੋਈ ਚੰਦਰੋਂ ਸੈਨ ਤੁਮਾਰੀ ਦਵਾਈ ਦਿਖਾ ਕੇ ਕਹਿੰਦਾ ਵੀ ਦਵਾਈ ਨੂੰ ਕਹਿੰਦੀ ਮੈਂ ਨਹੀਂ ਮੈਂ ਮਰ ਚਾਉਣੀ ਬਹੁ ਉੱਥੇ ਸ਼ਹਿਰੋਂ ਜਾ ਕੇ ਅਤੇ ਦਵਾਈ ਨੂੰ ਚੰਗਾ ਭਲਾ ਕੈਪਸੂਲ ਦਵਾਈ ਨੂੰ ਤੇਰਾ ਗੋਲੀ ਛਿੱਕਾ ਕਹਿੰਦੀ ਅਤੇ ਮੈਡੀਕੇਸ਼ਨ ਲਈ ਮੇਰਾ ਪਤਾ ਨਹੀਂ ਕੀ ਕਹੀ ਜਾਂਦੀ ਆ ਅਤੇ ਬੜਾ ਸੋਹਣੀ ਨੇਲ ਪਾਲਿਸ਼ ਲਾ ਕੇ ਅਤੇ ਭੈਣ ਜੀ ਇਹ ਕਿਤੇ ਕਿਲੇ ਕਰੇ ਹਾਂਜੀ ਆ ਜਾਓ ਤਾਂ ਜਦੋਂ ਕਿਤੇ ਗਾਲ ਕੱਢਣ ਲੱਗਦੀ ਹੈ ਨਾ ਆਪਣੇ ਨਿਆਣਿਆਂ ਨੂੰ ਫਿਰ ਭੁੱਲ ਜਾਂਦੀ ਮੈਂ ਸ਼ਹਿਰੋਂ ਕੁਝ ਸਿੱਖ ਕੇ ਆਈ ਹਾਂ ਫਿਰ ਤਾਂ ਉਹਨਾਂ ਨੂੰ ਧੂਹ ਪਾਉਂਦੀ ਕਿ ਗੁਰੂਆ ਪੂਰੀ ਹੈ ਖਿੱਚ ਪਾਉਂਦੀ ਫਿਰ ਗਾਲ ਇੱਥੋਂ ਤੱਕ ਜਾਂਦੀ ਜਿੱਥੇ ਕਿਸੇ ਨੇ ਸੋਚੀ ਨਾ ਹੋਵੇ